दिन होवे या रात, घर नूं इकल्लियां छड्ड के जाना हुण सुरक्षित नहीं है, क्योंकि चोर ना ता दिन दा लिहाज करदे ने ते ना ही रात दा कोई मौका छड्डदे ने। तस्वीरां इही बयान कर रहियां ने जिथे सिखर दुपहरे ए चोर इक घर दे अंदर वड़दे ने, हथौड़े नाल घर दे दरवाजे तोड़दे ने, अलमारियां भन्नदे ने ते सारा कैश ते गहने लै के फरार हो जांदे ने। सीसीटीवी तस्वीरां दे विच ना चोरां दे चेहरे साफ नजर आ रहे ने, किसी ने भी मुंह ढकिया होया नहीं है। पहला तो ये गली दे बाहर नजर रखते ने कि किते कोई इन्हां नूं देख तां नहीं रहा, अते फिर पहला एक साथी गेट टप के घर दे अंदर दाखल हुंदा है ते दूसरा बाहर नजर रखता है। थोड़ी देर बाद ये दोनों ही गेट टप के इस घर दे अंदर चले जांदे ने, हथौड़े दे नाल घर दे अंदर दे दरवाजे ताले तोड़दे ने अते फिर अलमारियां दे विचों सारा कैश ते गहने लै के फरार हो जांदे ने। परिवारिक मैंबर किसी सिलसिले दे विच घर नूं ताला लगा के बाहर गए सन। दिन दिहाड़े ये चोर घर च वड़दे ने ते सारा घर साफ करके उत्थों रफू चक्कर हो जांदे ने। खुलासा उदों हुंदा है जदों ये मालक घर पहुंचते ने ते समान खिल रहा होया, ताले टुटे हुए देखते ने। फिर सीसीटीवी तस्वीरां दे विच सब कुछ साफ हो जाता है कि किस तरह ये चोर पहला बाहर रेकी करते ने, ध्यान रखते ने कि कोई देखता नहीं रहा, काफी देर तक गली च खड़े रहते ने ते फिर एक एक करके दरवाजा टप के अंदर दाखिल हो जाते ने। करीब 2.5 घंटे तक ये चोर इसे घर के अंदर रहते ने, तसली नाल एक एक चीज फरोलते ने ते गहने ते कैश लैके उत्थों रफू चक्कर हो जाते ने। तस्वीरां लुधियाना दे गुरदेव नगर दिया ने, जिथे इन्हां चोरां दे वलों पॉश एरिया दे विच मौजूद एक घर नूं निशाना बनाया गया अते उत्थों चोरी कीती गई। फिलहाल मालक दे वल्लों पुलिस नूं शिकायत दित्ती गई है ते पुलिस सीसीटीवी फुटेज दे आधार ते ही इन्हां चोरां दी तलाश कर रही है। अज 6 मई नूं मैं चंडीगढ़ तो वापस लुधियाने आया 6 बजे, 6:30 बजे, और मैं देखिया कि सारे घर नूं दरवाज़ा मेन डोर साडा तोड़िया होया सी, और अंदर मेरे गोदरेज दी अलमारी, दूसरी अलमारियां दे ताले सब तोड़ के साडे घर चोरी करके लेके गए। ये तकरीबन जड़ी चोरी है 5 to 7 लाख रुपए की चोरी हुई है। ये एरिया जी साडे घर का नंबर है 3035/1 प्रेमजीत रोड, गुरदेव नगर। ਪੌਸ਼ ਏਰੀਆ ਜੀ ਕੀ ਕਰੀਏ ਜੀ, ਜੇ ਸੇਫਟੀ ਗੁਰਦੇਵ ਨਗਰ 'ਚ, ਮੈਂ ਤਾਂ ਸੋਚਦਾ ਸੀਗਾ ਕਿ ਅਸੀਂ ਬੰਦ ਗਲੀ 'ਚ ਰਹਿੰਦੇ ਹਾਂ, ਬੜੀ ਸੇਫ ਹੈ, ਲੇਕਿਨ ਇਸ ਤਰ੍ਹਾਂ ਲੱਗਦਾ ਕਿ ਕੋਈ ਜਾਣਕਾਰ ਹੋਏਗਾ ਜਿਸਨੇ ਇਹ ਕੰਮ ਕੀਤਾ। ਸੀਸੀਟੀਵੀ ਦੇ ਵਿੱਚ ਫੋਟੋਜ਼ ਔਰ ਰਿਕਾਰਡਿੰਗ ਆਈ ਹੈ, ਉਹ ਪੁਲਿਸ ਨੂੰ ਦੇ ਦਿੱਤੀ ਗਈ ਹੈ ਜੀ, ਉਸ ਤੋਂ ਬਾਅਦ ਹੁਣ ਪੈਰਵਾਈ ਹੁੰਦੀ ਦੇਖਦੇ। ਕਿੰਨੇ ਬੰਦੇ ਨਜ਼ਰ ਆ ਰਹੇ? ਦੋ ਬੰਦੇ ਤਾਂ ਨਜ਼ਰ ਆ ਰਹੇ ਹੈ ਜੀ, ਬਾਕੀ ਹੋ ਸਕਦਾ ਜੀ ਕੋਈ ਹੋਰ ਐਡੀਸ਼ਨਲ ਹੋਵੇ, ਉਹ ਦੇਖ ਕੇ ਪਤਾ ਚੱਲੇ। ਨਹੀਂ, ਮੂੰਹ ਨਹੀਂ ਢਕੇ ਹੋਏ, ਔਰ ਤਕਰੀਬਨ ਉਹਨਾਂ ਯੰਗ ਭਈਏ ਲੱਗ ਰਹੇ ਨੇ, ਤਕਰੀਬਨ 30 ਸਾਲ ਦੇ ਹੋਣਗੇ ਜੀ, 30-32 ਸਾਲ ਦੇ। ਉਹਨਾਂ ਨੇ 2-2.5 ਘੰਟੇ ਲਗਾਏ ਆ ਆਰਾਮ ਦੇ ਨਾਲ, ਔਰ ਸਿਖਰ ਦੁਪਹਿਰ ਦੇ ਵਿੱਚ ਇਹ ਕੰਮ ਹੋਇਆ। ਦੁਪਹਿਰ ਦਾ ਸਮਾਂ ਸੀਗਾ ਤੇ ਇਸ ਤਰ੍ਹਾਂ 2:30 ਵਜੇ, 2:30 ਵਜੇ ਉਹ ਲੋਕ ਆਏ ਨੇ, ਔਰ ਉਹਨਾਂ ਨੇ ਦੇਖਿਆ ਗਲੀ ਖਾਲੀ ਪਈ ਹੈ, ਕੋਈ ਨਹੀਂ ਹੈਗਾ, ਬੜੇ ਆਰਾਮ ਦੇ ਨਾਲ ਅੰਦਰ ਆ ਕੇ ਉਹਨਾਂ ਨੇ ਸਾਡੇ ਮੇਨ ਗੇਟ ਤੋਂ ਛਲਾਂਗ ਲਗਾ ਕੇ ਅੰਦਰ ਆਏ, ਔਰ ਅੰਦਰ ਆ ਕੇ ਫਿਰ ਉਹਨਾਂ ਨੇ ਹਥੌੜਿਆਂ ਦੇ ਨਾਲ ਸਾਡਾ ਗੇਟ ਮੇਨ ਡੋਰ ਤੋੜਿਆ, ਔਰ ਅੰਦਰ ਆ ਕੇ ਅਲਮਾਰੀਆਂ ਅਕੋਰਡਿੰਗਲੀ ਵੈਸੇ ਹੀ ਤੋੜੀਆਂ, ਇਨਕਲੂਡਿੰਗ ਗੋਡਰੇਜ ਦੀ ਅਲਮਾਰੀ ਔਰ ਦੂਸਰੀਆਂ ਜਿਹੜੀਆਂ ਕੱਪੜੇ ਵਾਲੀ ਅਲਮਾਰੀਆਂ। ਮੇਜਰਲੀ ਜੀ ਉਹ ਕੈਸ਼ ਲੈ ਕੇ ਗਏ, ਜ਼ਿਆਦਾ ਨਹੀਂ ਸੀ ਕੈਸ਼, ਲੇਕਿਨ 3-1 ਲੱਖ ਰੁਪਏ ਦੀ ਉਮੀਦ ਹੈਗੀ ਹੈ ਮੈਨੂੰ ਕੈਸ਼ ਸੀਗਾ ਇੰਨਾ,
ਔਰ ਜਿਊਲਰੀ ਲੈ ਕੇ ਗਏ ਬੱਚਿਆਂ ਦੀ ਔਰ ਆਪਦੀ ਜਿਹੜੀ ਪਰਸਨਲ ਹੁੰਦੀ ਹੈ, ਔਰ ਇੱਕ ਪੁਰਾਣਾ ਟੀ ਸੈੱਟ ਸੀਗਾ ਸਾਡਾ ਸਿਲਵਰ ਵੇਅਰ, ਤਕਰੀਬਨ ਹੋਏਗਾ ਜੀ ਉਹ ਵੀ 2.5-3 ਲੱਖ ਰੁਪਏ ਦਾ ਹੋਏਗਾ, ਉਹ ਲੈ ਕੇ ਗਏ ਜੋ ਨਜ਼ਰ ਆਉਂਦਾ ਪਿਆ। ਬਾਕੀ ਇਸ ਵੇਲੇ ਇੰਨਾ ਕੁ ਸਮਾਨ ਖਿਲ ਰਿਹਾ ਪਿਆ, ਸਾਨੂੰ ਹਜੇ ਪਤਾ ਨਹੀਂ ਹੈ ਜੀ ਕਿ ਹੋਰ ਕੀ ਕੀ ਚੀਜ਼ਾਂ ਲੈ ਕੇ ਗਏ ਹੋਣ। ਇਹ ਵਾਰਦਾਤ ਘੱਟੋ ਘੱਟ 2 ਕਮਰਿਆਂ 'ਚ ਹੋਈ ਹੈ ਜੀ। ਹਾਂਜੀ, ਪੁਲਿਸ ਆ ਗਈ ਹੈ ਜੀ, ਉਹ ਪੂਰੀ ਰਿਪੋਰਟ ਬਣਾ ਰਹੇ ਨੇ, ਰਿਕਾਰਡਿੰਗਸ ਚੈੱਕ ਕਰਨਗੇ, ਦੇਖਦੇ ਹਾਂ ਜੀ। ਇਨਵੈਸਟੀਗੇਸ਼ਨ ਸਟਾਰਟ ਹੋ ਗਈ। ਪ੍ਰਸ਼ਾਸਨ ਤੋਂ ਕੀ ਉਮੀਦ ਕੀਤੀ ਜਾਵੇ ਜੀ, ਜਿਹੜੀ ਪੁਲਿਸ ਆ ਕੇ ਸਪੋਰਟ ਕਰ ਦੇਵੇ ਇਹੀ ਬੜੀ ਵੱਡੀ ਗੱਲ ਹੈਗੀ ਹੈ ਜੀ। ਚੋਰੀ ਜਿਹੜੀ ਹੈਗੀ ਹੈ ਹੁਣ ਗੁਰਦੇਵ ਨਗਰ ਦੇ ਵਿੱਚ ਜੇ ਬੰਦ ਗਲੀ ਦੇ ਵਿੱਚ ਸੀਮਿੰਗਲੀ ਵੈਰੀ ਵੈਰੀ ਸੇਫ ਏਰੀਆ ਉੱਥੇ ਜੇ ਚੋਰੀ ਹੋ ਰਹੀ ਹੈ, ਦੈਟ ਮੀਨਸ ਕਿ ਜਿਹੜੇ ਕਰਨ ਵਾਲੇ ਹੈਗੇ ਨੇ ਉਹ ਇਸ ਏਰੀਏ ਨੂੰ ਅੱਛੀ ਤਰ੍ਹਾਂ ਸਮਝਦੇ ਹੈਗੇ ਨੇ ਔਰ ਉਹਨਾਂ ਨੂੰ ਡਰ ਨਹੀਂ। ਮੈਂ ਅੱਜ ਦਾ ਦਿਨ ਹੀ ਬਾਹਰ ਸੀਗਾ ਜੀ। ਹਾਂਜੀ ਹਾਂਜੀ, ਮੈਨੂੰ ਲੱਗਦਾ ਜੀ ਮੇਰੇ ਆਂਢ ਗੁਆਂਢ ਦੇ ਵਿੱਚ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੇ ਮਿਲ ਮਿਲਾ ਕੇ ਕੀਤਾ ਹੋਏਗਾ, ਜਿਹੜੇ ਨੌਕਰ ਲੋਕ ਹੈਗੇ ਨੇ। ਹਾਂਜੀ, ਮਾਮਲਾ ਪਤਾ ਲੱਗਿਆ ਸੀ, ਅੱਜ ਇਨਫੋਰਮੇਸ਼ਨ ਆਈ ਸੀ ਵੀ 335 ਗੁਰਦੇਵ ਨਗਰ ਵਿੱਚ ਚੋਰੀ ਹੋਈ ਹੈ ਘਰ ਦੇ ਵਿੱਚ। ਮੌਕੇ 'ਤੇ ਪਹੁੰਚੇ ਹਾਂ ਅਤੇ ਤਫਤੀਸ਼ ਕਰ ਰਹੇ ਹਾਂ ਮੌਕੇ 'ਤੇ। ਇਹਦੇ ਵਿੱਚ 2 ਬੰਦੇ ਨਜ਼ਰ ਆ ਰਹੇ, ਸੀਸੀਟੀਵੀ ਫੁਟੇਜ ਵਗੈਰਾ ਦੇਖੀ ਹੈ, ਟ੍ਰੇਸ ਕਰ ਰਹੇ ਹਾਂ, ਮਤਲਬ ਇਹ ਤਫਤੀਸ਼ ਦਾ ਵਿਸ਼ਾ ਹੈ, ਇਹਨੂੰ ਤਫਤੀਸ਼ ਅੱਗੇ ਕਰਕੇ ਫਿਰ ਦੇਖਾਂਗੇ ਕਿਹੜੇ ਬੰਦੇ ਕਿੱਥੋਂ। ਨੁਕਸਾਨ ਇਹਨਾਂ ਦੇ ਘਰ ਦੇ ਮੁਤਾਬਕ, ਮਾਲਕ ਦੇ ਮੁਤਾਬਕ ਤਾਂ 2 ਜੋੜੇ ਰਿੰਗਸ ਹੈ ਅਤੇ 2 ਚੂੜੀਆਂ ਹੈ, ਬਾਕੀ ਹੈਗਾ ਸਿਲਵਰ ਹੈਗਾ 2 ਕਿਲੋ ਅਤੇ 3-4 ਲੱਖ ਰੁਪਏ ਦੇ ਇਹਨਾਂ ਨੇ ਕਹਿਣ ਮੁਤਾਬਕ। ਇਹ ਨੀਅਰ ਅਬਾਊਟ ਕੋਲ 2:30 ਵਜੇ ਦੇ ਵਿੱਚ ਵਾਰਦਾਤ ਸੀ। ਕਾਰਵਾਈ ਜੋ ਲੀਗਲ ਕਾਨੂੰਨੀ ਕਾਰਵਾਈ ਹੈ ਉਹਨੂੰ ਅਮਲ 'ਚ ਲਿਆਂਦਾ ਜਾ ਰਿਹਾ, ਤਫਤੀਸ਼ ਕਰਕੇ ਦੋਸ਼ੀਆਂ ਨੂੰ ਜਿਹੜੀ ਕੋਸ਼ਿਸ਼ ਕੀਤੀ ਉਹ ਪੂਰੀ ਫੜਨ ਦੀ, ਸੀਸੀਟੀਵੀ ਕੈਮਰੇ ਵਗੈਰਾ ਸਾਰੇ ਚੈੱਕ ਕਰਾਂਗੇ। ਜਿਹੜੇ ਵੀ ਜਦੋਂ ਵੀ ਕੋਈ ਜਦੋਂ ਗਸ ਵਗੈਰਾ ਸਾਰੇ ਚੱਲਦੀ ਹੈ ਸਾਡੀ ਪੈਟਰੋਲਿੰਗ ਵਗੈਰਾ ਹੁੰਦੀ ਹੈ, ਜਿੱਦਾਂ ਜਿੱਦਾਂ ਕੋਈ ਫੜਿਆ ਜਾਂਦਾ ਫੜਿਆ ਪਿੱਛੇ ਸੁਣਾ ਅਸੀਂ ਫੜੇ ਵੀ ਹੈ ਅਤੇ ਜੋ ਪਰਚੇ ਦੇ ਕੇ ਅੰਦਰ ਦੇਈਦੇ ਸਾਰੇ, ਅਤੇ ਇਹਨੂੰ ਕੋਸ਼ਿਸ਼ ਕਰਾਂਗੇ ਪੂਰੀ ਇਹਨਾਂ ਦੀ ਬੰਦੇ ਨੂੰ ਟ੍ਰੇਸ ਕਰਕੇ ਇਹਨੂੰ ਵੀ ਸਲਾਖਾਂ ਪਿੱਛੇ ਸੁੱਟਿਆ ਜਾਵੇ। ਇਹਨਾਂ ਦੇ ਘਰ ਦੇ ਵਿੱਚ ਮੌਕੇ ਦੇ ਨਾਲ ਕਾਰਨ ਮੁਤਾਬਕ ਘਰ ਕੋਈ ਨਹੀਂ ਸੀਗਾ, ਇਹ ਘਰ ਦੇ ਮਾਲਕ ਆਪਣੀ ਮਿਸ ਜੀ ਨੂੰ ਪੰਚਕੂਲਾ ਛੱਡਣ ਗਏ ਸੀ, ਲੈ ਕੇ ਉਹ ਤੋਂ ਬਾਅਦ ਹੀ ਵਾਰਦਾਤ ਹੋਈ ਹੈ। ਨਹੀਂ, ਉਹਨਾਂ ਨੇ ਮੂੰਹ ਕੋਈ ਨਹੀਂ ਢੱਕੇ ਸੀਗੇ, ਛੋਟੀ ਉਮਰ ਦੇ ਹੋਈਗੇ, 15-18-20 ਦੇ ਵਿੱਚ ਉਮਰ ਹੈ ਉਹਨਾਂ ਦੀ, ਅਤੇ ਕੋਈ ਨਹੀਂ ਛੇਤੀ ਟ੍ਰੇਸ ਕਰ ਲਏ ਜਾਣਗੇ।